ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਸਾਡੇ ਚੈਨਲ ਪੰਜਾਬੀ ਕਲਾਸਟਡੀ ਵਿੱਚ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜੀ ਆ ਪੰਜਾਬ ਬੋਰਡ ਨੂੰ ਲੈ ਕੇ ਤੇ ਸੀਬੀਸੀ ਬੋਰਡ ਨੂੰ ਲੈ ਕੇ ਅੱਜ ਦੀ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੇ ਸਕੂਲ ਬੰਦ ਸੀਗੇ ਉਹ ਖੁੱਲਣਗੇ ਜਾਂ ਨਹੀਂ ਖੁੱਲਣਗੇ ਅੱਜ ਚੌਂਕ ਕਮਿਸ਼ਨ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਸਕੂਲ ਨੇ ਉਹ ਖੁੱਲਣਗੇ ਅਤੇ ਕਿੰਨਾ-ਕਿੰਨਾ ਵਿਦਿਆਰਥੀ ਖੁੱਲਣਗੇ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਕਿਹੜੀ-ਕਿਹੜੀ ਜਮਾਤ ਦੇ ਖੁੱਲਣਗੇ ਸਕੂਲ ਉਹ ਵੀ ਤੁਹਾਨੂੰ ਦੱਸਾਂਗੇ ਕਦੇ ਕਿੰਨੀ ਤਰੀਕ ਤੱਕ ਬੰਦ ਰਹਿਣਗੇ ਸਕੂਲ ਸਾਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤਾਂ ਵੀਡੀਓ ਨੂੰ ਹੰਤ ਤੱਕ ਜਰੂਰ ਦੇਖਣਾ ਅਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਵਿਦਿਆਰਥੀਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਹੰਤ ਤ ਤਾਂ ਇਹ ਤੁਹਾਨੂੰ ਅਸਲ ਪੂਰੀ ਖਬਰ ਦਾ ਪਤਾ ਲੱਗ ਸਕੇ ਆਉਵਦ ਦੀਆਂ ਖਬਰ ਵਾਲ ਕਵਰ ਕੁਝ ਇਸ ਤਰ੍ਹਾਂ ਹੈ ਪੰਜਾਬ ਸਕੂਲ ক্লোਜ਼ਡ 8 ਫਰਵਰੀ ਤੱਕ ਬੰਦ ਰਹਿਣਗੇ ਸਕੂਲ ਅਤੇ ਹੋਰ ਵਿਦਿਅਕ ਅਦਾਰੇ ਆਦੇਸ਼ ਜਾਰੀ ਕਿਹੜੇ ਕਿਹੜੇ ਵਿਦਿਆਰਥੀਆਂ ਦੇ ਸਕੂਲ ਬੰਦ ਰਹਿਣਗੇ 8 ਫਰਵਰੀ ਤੱਕ ਆਉ ਤੁਹਾਨੂੰ ਪੂਰੀ ਖਬਰ ਡਿਟੇਲ ਵਿੱਚ ਦੱਸ ਦਿਆਂ ਜੀਆਂ ਪੰਜਾਬ ਬੋਰਡ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈਗਾ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹੋਮ ਅਫੇਅਰ ਕੋਵਿਡ-19 ਸਟੈਂਟ ਫਰੋਮ 2/2/2022 ਟੂ 8/2/2022 ਜੀਆਂ ਜਿਹੜੇ ਸਕੂਲ ਆਪਣੇ 1 ਫਰਬੂਰੀ ਤੱਕ ਬੰਦ ਕੀਤੇ ਗਏ ਸੀਗੇ ਉਹ ਦੋ ਫਰਬੂਰੀ ਤੋਂ ਲੈ ਕੇ 8 ਤੱਕ ਫੇਰ ਬੰਦ ਕਰ ਦਿੱਤੇ ਗਏ ਹਨ ਜੀਆਂ ਤੁਹਾਨੂੰ ਦੱਸ ਦਈਏ ਜਿਵੇਂ ਪਹਿਲਾਂ ਹਦਾਇਤਾਂ ਸੀਗੀਆਂ ਕੋਵਿਡ-19 ਦੇ ਲੈ ਕੇ ਉਸ ਤਰ੍ਹਾਂ ਹੀ ਹੁਣ ਵੀ ਹਦਾਇਤਾਂ ਰਹਿਣਗੀਆਂ ਉਸ ਤਰ੍ਹਾਂ ਹੀ ਤੁਹਾਡੀਆਂ ਆਨਲਾਈਨ ਕਲਾਸਾਂ ਰਹਿਣਗੀਆਂ 8 ਫਰਬੂਰੀ ਤੱਕ ਜਿਹੜੇ ਸਕੂਲ 1 ਫਰਵਰੀ ਤੱਕ ਬੰਦ ਸੀਗੇ ਉਹ ਹੁਣ 8 ਫਰਵਰੀ ਤੱਕ ਵਧਾ ਦਿੱਤੇ ਗਏ ਨੇ ਅੱਗੇ ਅਤੇ ਸਾਰੀਆਂ ਕਲਾਸਾਂ ਨੇਗੇ ਸਾਰੀਆਂ ਕਲਾਸਾਂ ਦੀ ਬੰਦ ਰਹਿਣਗੇ 8 ਫਰਵਰੀ ਤੱਕ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਰਹਿਣਗੇ 8 ਫਰਵਰੀ ਤੱਕ ਸਕੂਲ ਬੰਦ ਇਸ ਦੇ ਨਾਲ ਨਾਲ ਬੋਰਡ ਨੇ ਇਹ ਵੀ ਦੱਸਿਆ ਜਿਹੜੇ ਵਿਦਿਆਰਥੀ 15 ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਨੇਗੇ ਉਹਨਾਂ ਨੂੰ ਵੈਕਸੀਨ ਲਾਜ਼ਮੀ ਕਰ ਦਿੱਤੀ ਆ ਸਕੂਲ ਪਰ 1 ਫਰਵਰੀ ਤੋਂ ਖੋਲ੍ਹਣੇ ਸੀਗੇ ਪਰ ਅੱਧੇ ਵਿਦਿਆਰਥੀਆਂ ਦੇ ਟੀਕਾ ਕਰਨਾ ਰਹਿ ਗਏ ਸੀ ਕੁਝ ਵਿਦਿਆਰਥੀਆਂ ਦੇ ਟੀਕਾ ਲੱਗਣ ਹੋ ਰਹਿ ਗਿਆ ਸੀਗਾ ਬਾਰੇ ਜਿਹੜੇ ਵਿਦਿਆਰਥੀ 15 ਤੋਂ 18 ਸਾਲ ਦੇ ਨੇ ਉਹਨਾਂ ਦੇ 8 ਫਰਬਦੀ ਤੋਂ ਬਾਅਦ ਸਕੂਲ ਖੁੱਲ ਜਾਣਗੇ ਬੋਰਡ ਨੇ ਨਾਲ ਨਾਲ ਇਸ ਐਪਲੀਕੇਸ਼ਨ ਵਿੱਚ ਇਹ ਵੀ ਦੱਸਿਆਗਾ ਜਿਹੜੇ ਵਿਦਿਆਰਥੀ 15 ਤੋਂ ਲੈ ਕੇ 18 ਸਾਲ ਦੇ ਵਿਦਿਆਰਥੀ ਨੇ ਉਹ ਆਪਣੀ ਫਸਟ ਡੋਜ਼ ਅਤੇ ਸੈਕੰਡ ਡੋਜ਼ ਅਤੇ ਥਰਡ ਡੋਜ਼ ਵੀ ਲਵਾ ਕੇ ਰੱਖਣਾ ਉਹਦੇ ਉਹਨਾਂ ਦੇ ਸਕੂਲ 8 ਫਰਬਦੀ ਤੋਂ ਬਾਅਦ ਖੁੱਲ ਜਾਣਗੇ ਅਤੇ ਜਿਹੜੇ ਵਿਦਿਆਰਥੀ ਨਹੀਂ ਲਗਵਾਉਣਗੇ ਉਹਨਾਂ ਦੀ ਕਲਾਸ ਆਪਣੀ ਆਨਲਾਈਨ ਹੀ ਰਹੇਗੀ ਜਿਹਨਾਂ ਨਾਲ ਲਗਵਾਉਣੇ ਹਨ ਉਹ ਲਗਵਾ ਸਕਦਾ ਹੈ ਅਤੇ ਜਿਹੜੇ ਲਗਵਾ ਲੈਣਗੇ ਟੀਕਾਨ ਉਹਨਾਂ ਦੇ 8 ਹਫ਼ਤੇ ਤੋਂ ਬਾਅਦ ਸਕੂਲ ਖੁੱਲ੍ਹ ਜਾਣਗੇ ਠੀਕ ਹੈ ਸਟੂਡੈਂਟਸ ਅੱਜ ਦੀ ਖਬਰ ਵਿੱਚ ਸਿਰਫ ਇੰਨਾ ਹੀ ਇਸ ਤਰ੍ਹਾਂ ਦੀਆਂ ਹੋਰਾਂ ਅਪਡੇਟਸ ਲਈ ਸਾਡੇ ਚੈਨਲ ਤੇ ਬਣੇ ਰਹੋ ਅਤੇ ਸਾਡੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਦੇਣਾ ਅੱਠ ਫਰਵਿਡਵਾਰ ਸਕੂਲ ਕਿੰਨਾ ਕਲਾਸਾਂ ਦੇ ਖੁੱਲਣਗੇ ਉਹ ਤੁਹਾਨੂੰ اسی ਚੈਨਲ ਤੇ ਸੀ ਹਰ ਸਮੇਂ ਦੱਸਾਂਗੇ ਜਦੋਂ ਵੀ ਕੋਈ ਨਵੀਂ ਨੋਟੀਫਿਕੇਸ਼ਨ ਆਉਂਦੀ ਆ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਇਸ ਵੀਡੀਓ ਨੂੰ ਵੀ ਆਪਣੇ ਦੋਸਤਾਂ ਮਿੱਤਰਾਂ ਵਰਕ ਸ਼ੇਅਰ ਜੁਰ ਕਰ ਦੇਣਾ ਧੰਨਵਾਦ ਤਾਂ ਬੱਚੋ ਪੜਾਈ ਮੇ ਆ ਰਹੇ ਹਨ ਡਾਊਟ 16 ਨਹੀਂ ਹੋ ਪਾਰਾ ਘਬਰਾਓ ਮਤ ਇਸਕਾ ਸੋਲੂਸ਼ਨ ਹੈ ਡਾਊਨਰ ਟੈਬ ਜਿਸ ਵੀ ਸਵਾਲ ਮੇ ਡਾਊਟ ਹੋ ਉਸਕੀ ਫੋਟੋ ਖੀਚੋ ਕ੍ਰੋਪ ਕਰੋ ਔਰ 5 ਸੈਕਿੰਡ ਮੇ ਆਪਕੋ ਉਸਕਾ ਸੋਲੂਸ਼ਨ ਮਿਲ ਜਾਏਗਾ ਬੋ ਵੀ ਬਿਲਕੁਲ ਫ੍ਰੀ ਮੇ ਜਾਨੀਏ ਵਾ ਪੁੱਛੀਏ ਆਪਣੇ ਅਨ अब चाहे आपका सवाल सठी से बारहवीं आई आई टी जेई नीट का हो या फिर सी बी एस ई यू पी बिहार राजस्थान या अन्य स्टेट्स का हो कोई भी सब्जेक्ट हो फिजिक्स केमिस्ट्री मैथ बायोलॉजी साइंस आपको सभी सवालों के जवाब आपको मिलेंगे सिर्फ डाउननेट ऐप पर साथ ही चल रही है डाउननेट ऐप पर क्लास नौवीं से बारहवीं आई आई टी जे नीट के बच्चों के लिए ऑनलाइन क्लासेज जिसका हिस्सा बनकर बच्चे लेकर आए हैं फर्स्ट रैंक तो देर किस बात की अभी जाइए और डाउनलोड कीजिए डाउननेट ऐप लिंक इन डिस्क्रिप्शन